ਸਵਾਗਤ ਆ ਦੋਸਤੋ ਆਜ਼ਾਦ ਡੇਅਰੀ ਫਾਰਮ ਦੇ ਵਿੱਚ। ਜੇ ਕਿਸੇ ਵੀਰ ਨੇ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ ਜਾਂ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਸਾਡੇ ਨੰਬਰਾਂ ਨਾਲ ਸੰਪਰਕ ਕਰ ਸਕਦਾ। ਸਾਡਾ ਮੋਬਾਈਲ ਨੰਬਰ 9780202513। ਅੱਜ ਦੀ ਵੀਡੀਓ ਧਰਮਕੋਟ ਸ਼ਹਿਰ ਦੀ ਹੈ ਦੋਸਤੋ, ਜ਼ਿਲ੍ਹਾ ਇਹਨੂੰ ਮੋਗਾ ਰਹਿਣ ਦਾ। ਅੱਜ ਦੀ ਵੀਡੀਓ ਵਿੱਚ ਬਾਈ ਕੋਲ ਇੱਕ ਨਾਗ ਵਿਕਾਊ ਜਿਹੜਾ ਆਪਾਂ ਸਕਰੀਨ 'ਤੇ ਦੇਖ ਰਹੇ ਹਾਂ। ਮੁੱਲੇ ਇਸ ਵੀਰ ਦੇ ਜਾਇਜ਼ ਹੁੰਦੇ ਆ ਬਿਲਕੁਲ, ਗੱਲਾਂ ਬਾਤਾਂ ਆਪਾਂ ਬਾਈ ਨਾਲ ਕਰ ਲੈਂਦੇ ਹਾਂ, ਬਾਈ ਤੋਂ ਜਾਣਕਾਰੀ ਲੈ ਲੈਂਦੇ ਹਾਂ। ਆ ਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ, ਨਾਮ ਤੇ ਐਡਰੈਸ ਦੱਸ ਦੀ ਬਾਈ। ਨਾਮ ਸੰਦੀਪ ਸਿੰਘ, ਸ਼ਹਿਰ ਧਰਮਕੋਟ, ਜ਼ਿਲ੍ਹਾ ਮੋਗਾ ਜੀ। ਮੋਬਾਈਲ ਨੰਬਰ ਬੋਲ ਦੀ ਬਾਈ। 84374-6152। ਠੀਕ ਆ ਬਾਈ, 84374-6152। ਠੀਕ ਆ ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਕਰਾਂਗੇ, ਜਿਹੜਾ ਬਾਈ ਦਾ ਨੰਬਰ ਆ ਉਹ ਥੱਲੜਲੇ ਪਾਸੇ ਸਕਰੀਨ ਤੇ ਚੱਲਦਾ ਰਹਿਣਾ। ਕਈ ਵੀਰ ਜਲਦਬਾਜ਼ੀ 'ਚ ਉੱਪਰਲਾ ਨੰਬਰ ਹੀ ਡਾਇਲ ਕਰ ਲੈਂਦੇ ਆ, ਮੇਰਾ ਨੰਬਰ। ਸਾਰੇ ਵੀਰਾਂ ਨੂੰ ਬੇਨਤੀ ਆ ਇਸ ਜਾਨਵਰ ਪ੍ਰਤੀ ਤੁਸੀਂ ਬਾਈ ਨੂੰ ਫੋਨ ਲਾਉਣਾ, ਬਾਈ ਦਾ ਨੰਬਰ ਨਾਮ ਦੇ ਨਾਲ ਚੱਲਦਾ ਰਹਿਣਾ। ਵੀ ਜਿਹੜੀ ਆਪਾਂ ਸਕਰੀਨ ਤੇ ਵੈੜ ਦੇਖ ਰਹੇ ਆ ਇਹਦੀ ਕੀ ਡਿਟੇਲ ਆ, ਕਿੰਨਵਾਂ ਸੂਆ ਸੂਈ ਆ ਇਹ ਵੀਰੇ? ਇਹ ਦੂਜੇ ਸੂਏ ਸੂਈ ਆ। ਠੀਕ ਆ ਬਾਈ, ਹਾਂਜੀ, ਇਹਨੂੰ ਮੰਨ ਲਓ ਘੰਟਾ ਹੋ ਗਿਆ ਸੂਈ ਨੂੰ, ਘੰਟਾ ਘੰਟਾ ਹੋ ਗਿਆ ਹਾਂਜੀ ਸੂਈ ਨੂੰ। ਠੀਕ ਆ, ਤੇ ਮਗਰ ਕੀ ਆ ਬਾਈ ਇਹਦੇ? ਮਗਰ ਵੀਰੇ ਇਹਨੇ ਵੱਛੀ ਨੂੰ ਜਨਮ ਦਿੱਤਾ, ਵੱਛੀ ਆ ਜੀ ਇਹਦੇ ਮਗਰ। ਠੀਕ ਆ, ਮਗਰ ਵੱਛੀ, ਹਾਂਜੀ ਹਾਂਜੀ। ਠੀਕ ਆ, ਤੇ ਫਿਰ ਬੋਲਾ ਕੱਢਣ ਜਾਂ ਵੱਛੀ ਨੂੰ ਕੁਛ? ਬੋਲਾ ਵੀਰੇ ਹੁਣ ਵੱਛੀ ਨੂੰ ਪਿਆਇਆ, ਕਰੀ ਭੁੱਖੀ ਸੀਗੀ। ਠੀਕ ਆ, ਮੰਨ ਲਓ ਕਿਲੋ ਪੀਤਾ ਹੋਵੇ ਵੱਛੀ ਨੇ, ਅੱਧਾ ਕਿਲੋ ਪੀਤਾ ਹੋਵੇ। ਠੀਕ ਆ, ਹਾਂਜੀ ਸਹੀ ਆ। ਤੇ ਉਹ ਬਾਈ ਕਿਵੇਂ ਹੈ, ਸਾਊ ਸੀਲ ਪੂਰੀ ਹੈ? ਹਾਂ ਸਾਊ ਸੀਲ ਪੂਰੀ ਹੈ ਵੀਰੇ, ਭਾਵੇਂ ਕੋਈ ਚੋਈ ਜਾਵੇ। ਸਹੀ ਆ, ਜੇਰ ਪੈਣੀ ਬਾਕੀ ਹੈ ਨਾ? ਹਾਂ ਜੇਰ ਪੈਣੀ ਬਾਕੀ ਹੈ ਵੀਰੇ, ਉਹ ਚਾਰੂ ਚੂਰੂ ਬਹੁਤ ਆ, ਹੁਣ ਸੂਕ ਹਟੀ ਆ। ਠੀਕ ਆ, ਕਿਹੜਾ ਵੀਰੇ ਜੋ ਸੂ ਕੇ ਹਟਦਾ ਪਸ਼ੂ ਹੈ ਨਾ, 20 ਕਿਲੋ ਦਾ ਬੱਚਾ ਲਾਲਾ, 20 ਕਿਲੋ ਪਾਣੀ ਨਿਕਲੇਗਾ, 40 ਕਿਲੋ ਵੇਟ ਜਾਂਦਾ ਡੰਗਰ ਦੇ ਅੰਦਰ ਹੈ ਨਾ, ਇੱਕ ਵਾਰੀ ਦਾ ਪਸ਼ੂ ਤਹਿ ਜੀ ਮਾਰ ਜਾਂਦਾ ਸੂ ਕੇ। ਠੀਕ, ਹਾਂ ਵਧੀਆ ਸੂਈ ਆ, ਕੋਈ ਚੱਕਰ ਨਹੀਂ। ਤੇ ਆਪਣਾ ਜੇਰ ਪੈਣ ਵਾਲੀ, ਬਾਕੀ ਚਾਰੂ ਬਹੁਤ ਆ, ਦੇਖ ਲਓ ਤੁਸੀਂ, ਚਾਰੂ ਤਾਂ ਆ ਸੁੱਕੇ ਪੱਠੇ ਗਿੱਲੇ ਜੋ ਵੀ ਖਾਈ ਜਾਂਦੀ ਆ। ਸਹੀ, ਤੋਰ ਕੇ ਦਿਖਾਈਏ ਵੀਰੇ? ਤੋਰ ਕੇ ਦਿਖਾ, ਤੋਰ ਦੇ ਦੋਸਤੋ। ਦੇਖ ਸਕਦੇ ਦੂਜਾ ਸੂਆ ਸੂਈ ਆ, ਮਗਰ ਬੱਚਾ ਜਿਹੜੀ ਵੱਛੀ ਆ, ਵੱਛੀ ਬਹੁਤ ਚੰਗੀ ਆ, ਬਾਕੀ ਹੁਣੇ ਤਾਜ਼ੀ ਸੂਕੇ ਹੋਈ ਆ, ਉਸ ਹਿਸਾਬ ਨਾਲ ਵੀ ਚੰਗੀ ਜਾਨ ਚ ਪਈ ਆ, ਖਾਣ ਪੀਣ ਨੂੰ ਚੰਗੀ ਆ। ਤੇ ਜੇਰ ਪੈਣੀ ਬਾਕੀ ਉਹ ਤੁਹਾਨੂੰ ਸਾਹਮਣੇ ਵੀਡੀਓ 'ਚ ਦੇਖਦੀ ਹੋਣੀ ਆ, ਚੰਗੇ ਵਜਨ ਜਾਣ 'ਚ ਫਿਰ ਵੀ ਸੂਏ ਹੁਣੇ ਸੂਈ ਆ, ਕੱਦਗੜ ਚੰਗਾ, ਹਵਾਨਾ ਵੀ ਚੰਗਾ ਤਿਆਰ ਕੀਤਾ ਹੋਇਆ। ਤੇ ਇੱਕ ਥਣ ਬਈ ਕਿਵੇਂ ਦੀ ਨਾ ਮਗਰ ਇਹ? ਇਹ ਵੀਰੇ ਜਮਾਂਦਰੂ ਤਿੱਲ ਆ ਮਗਰਲੇ ਸਣੋ। ਠੀਕ ਆ, ਮਗਰਲੇ ਸਣੋ ਜਮਾਂਦਰੂ ਤਿੱਲ ਆ। ਅੱਛਾ, ਜਮਾਂਦਰੂ ਤਿੱਲ। ਹਾਂ, ਤੇ ਬਾਕੀ ਤਿੰਨੇ ਥਣ ਓਕੇ ਕੰਮ ਕਰਦੇ? ਓਕੇ ਆ, ਪੋਲੇ ਰੂੰ ਵਰਗੇ। ਠੀਕ ਆ, ਸਹੀ ਆ, ਕੋਈ ਚਾਹੀ ਕੋਈ ਚੱਲੇ। ਪਿਛਲੇ ਸੂਏ ਬਈ ਦੁੱਧ ਤਾਂ ਕੀ ਦੱਸਿਆ ਮਾਲਕਾਂ ਨੇ ਰਿਕਾਰਡ? ਦੁੱਧ ਵੀਰੇ ਪਿਛਲੇ ਸੂਏ ਆਪਾਂ ਨੂੰ ਉਹਨਾਂ ਨੇ 15 ਕਿਲੋ ਦੁੱਧ ਕਿਹਾ ਵੀ ਅਸੀਂ ਚੋਇਆ ਹੋਇਆ। ਅੱਛਾ, 15 ਕਿਲੋ? ਹਾਂ, 15 ਵੀਰੇ ਜ਼ਿਆਦਾ ਵੀ ਹੈ ਨਹੀਂ, ਜਿੰਨਾ ਡਰਾਵੇਰ ਦਾ ਦੁੱਧ ਵੀਰੇ 15 ਕਿਲੋ ਦੇ ਦੇਣਾ ਵਧੀਆ। ਠੀਕ ਆ, ਹਾਂਜੀ ਹਾਂਜੀ ਦੋਸਤੋ। ਬਾਈ ਦੱਸਦਾ ਵੀ ਪਿਛਲੇ ਸੂਏ ਮਾਲਕਾਂ ਨੇ ਦੱਸਿਆ ਵੀ 15 ਕਿਲੋ ਦੁੱਧ ਚੋਇਆ ਹੋਇਆ ਹੈਗਾ, ਤੇ ਦੂਜਾ ਸੂਆ ਸੂਈ ਆ, ਇੱਕ ਥਾਂ ਤੋਂ ਤਿੱਲ ਆ, ਉਹ ਤੁਹਾਨੂੰ ਦੱਸ ਹੀ ਦਿੱਤਾ ਬਾਈ ਨੇ, ਬਾਕੀ ਥਾਣਾ ਹਵਾਨਾ ਤਾਂ ਬਹੁਤ ਚੰਗਾ। ਜੇ ਸਾ ਉਹਨਾਂ ਨੇ ਹਵਾਨਾ ਤਿਆਰ ਕੀਤਾ 15 ਕਿਲੋ ਦੁੱਧ, ਤਾਂ ਮਾਮੂਲੀ ਜੀ ਗੱਲ ਆ ਵੀ ਇਹਨੂੰ ਪਾਉਣਾ ਚਾਹੀਦਾ ਹੈਗਾ, ਉੱਪਰ ਤੋਂ ਲੈ ਕੇ ਹਵਾਨਾ ਥੱਲੇ ਨੂੰ ਆਉਂਦਾ ਪੂਰਾ ਹੈਗਾ। ਜੇਰ ਪੈਣੀ ਬਾਕੀ ਆ, ਬਾਕੀ ਵੀਰੇ ਵੱਛੀ ਬਹੁਤ ਸੋਹਣੀ ਆ ਮਗਰ ਇਹਦੇ, ਵੱਛੀ ਵੀ ਦਿਖਾਉਂਦੇ ਦੋ, ਥਾਣਾ ਹਵਾਨਾ ਚੈੱਕ ਕਰ ਲਓ, ਅੱਗੇ ਨੂੰ ਵੀ ਹਵਾਨਾ ਚੰਗਾ ਤਿਆਰ ਕੀਤਾ ਹੋਇਆ, ਮਗਰ ਵੱਛੀ ਵੀ ਚੰਗੀ। ਉਹ ਬਈ ਵੱਛੀ ਪਤਾ ਕਿਹੜੇ ਰਿਕਾਰਡ ਦੀ ਹੈ? ਨਹੀਂ, ਵੱਛੀ ਦਾ ਵੀਰੇ ਰਿਕਾਰਡ ਤਾਂ ਨਹੀਂ ਪਤਾ, ਉਹ ਵੇਖਣ ਨੂੰ ਚੰਗੇ ਸੀਮਾਂ ਦੀ ਲੱਗਦੀ, ਸੋਹਣੀ ਆ, ਰੰਗ ਵੀ ਸੋਹਣਾ, ਬਰੀਡ ਵੀ ਚੰਗੀ ਆ। ਠੀਕ ਆ ਸਹੀ, ਹੁਣ ਥਾਣ ਤੁਹਾਨੂੰ ਚਾਹ ਰਹੀ ਹੈ? ਹਾਂ, ਥਾਣ ਚਾਹ ਰਹੀ ਆ। ਬਾਕੀ ਵੀਰੇ ਇਹ ਗੱਲ ਹੁੰਦੀ ਹੈ ਜਿਵੇਂ ਵੱਛਾ ਹੋਵੇ ਲਿਆਣਾ ਤਾਂ ਅਗਲੇ ਨੇ ਵੱਛਾ ਵੀ ਹੁੰਦਾ ਨਾਲ, ਤੇ ਵੱਛੀ ਦਾ ਆਇਆ ਦੋ ਬਣ ਜਾਂਦੇ ਆ। ਸਹੀ ਹੈ ਨਾ, ਗੱਲ ਵੀ ਸਹੀ ਆ। ਹਾਂ ਦੋਸਤੋ, ਨਾਲ ਵੱਛੀ ਵੀ ਮਿਲ ਜੂਗੀ ਉਸੇ ਰੇਟ 'ਚ, ਜੇ ਵੱਛਾ ਹੁੰਦਾ ਤਾਂ ਵੀ ਉੱਥੇ ਹੀ ਗੱਲਬਾਤ ਜਾਣੀ ਸੀਗੀ, ਪਰ ਤੁਹਾਡਾ ਫਾਇਦਾ ਹੋ ਜੂਗਾ ਨਾਲ ਲੱਗਮਾ ਕਿਸੇ ਘਰ ਲੂਵੀਰ ਨੇ ਲੈਣੀ ਹੋਵੇ ਘਰੇ ਰੱਖਣ ਨੂੰ ਦੋ। ਹਾਂਜੀ ਹਾਂਜੀ, ਵੱਛੀ ਦਾ ਰੰਗ ਪ੍ਰਿੰਟ ਵੀ ਸੋਹਣਾ ਵਾ। ਸਹੀ ਆ, ਤੂੰ ਮੜਾ ਦਿਖਾ ਦੀ, ਮੜਾ ਨੇੜੇ ਹੱਥ ਉੱਥੇ ਲਾ ਕੇ ਬੈਠਾ। ਨਹੀਂ ਕੁਛ ਨਹੀਂ ਕਹਿੰਦੀ ਯਾਰ, ਜਿਵੇਂ ਮਰਜ਼ੀ ਲੈ, ਕੋਈ ਬੈਠਾ ਰਵੇ ਥੱਲੇ, ਐਂ ਨਹੀਂ ਹੈਗਾ ਵੀ ਲੱਤ ਮਾਰੂਗ, ਲੈ ਅੱਗੇ ਮੈਂ ਚੋਕ ਹਟਿਆ ਵਾ, ਕੁਛ ਨਹੀਂ ਲੈ, ਕੋਈ ਬੈਠਾ ਰਵੇ ਥੱਲੇ। ਠੀਕ ਆ, ਠੰਡੀ ਸੀਲ। ਹਾਂ, ਧਾਰ ਵੀ ਪੋਲੀ ਆ, ਧਾਰ ਵੀ ਪੋਲੀ ਆ। ਹਾਂਜੀ ਹਾਂਜੀ, ਬਾਕੀ ਥਾਣਾ ਹਵਾਨਾ ਵੀ ਦਿਖਾਉਣਾ ਦੋਸਤੋ, ਫੈਕਸ ਹਵਾਨੇ ਦੀ ਆ,
ਪੂਰਾ ਫਿਕਸ ਆਰਡਰ ਆ, ਜਿਹਨੂੰ ਕਿ ਬਿਮਾਰੀ ਬਹੁਤ ਘੱਟ ਆਉਂਦੀ, ਸਾਰਿਆਂ ਨੂੰ ਪਤਾ ਹੀ ਹੈ ਫਿਕਸ ਹਵਾਨੇ ਦੀ ਹੋਣ ਕਰਕੇ। ਬਾਕੀ ਤੇ ਫੇਸ ਦੀ ਕੁਆਲਿਟੀ ਵਿਖਾ ਦੋ, ਮੂੰਹ ਮਾਂ ਤੋਂ ਅੱਛੀ ਬਰੀਡ ਚੰਗੀ ਆ ਵੱਛੀ, ਠੀਕ ਆ। ਬਾਕੀ ਜੇ ਇੱਕ ਥਾਣੇ ਦਾ ਜਿਹੜਾ ਚੱਲਦਾ ਹੁੰਦਾ ਫੇਰ ਤਾਂ ਹੋ ਸਕਦਾ ਵੀ ਇਹਦੀ ਗੱਲਬਾਤ ਹੋਰ ਹੋਣੀ ਸੀਗੀ ਇਹ, ਤੇ ਹੁਣ ਮੇਰੇ ਸਾਹਮਣੇ ਬਈ ਤਾਂ ਭਾਅ ਵੀ ਮੁੱਲ ਵੀ ਜਾਇਜ਼ ਰਹਿਣ ਵਾਲਾ। ਭਾਅ ਵੀਰੇ ਇੱਕ ਗੱਲ ਸੁਣ, ਜੇ ਤਾਂ ਚਾਰੇ ਸਾਨੂੰ ਦੇ ਜਮਾਂਦਰੂ ਨਾਲ ਇਹ ਵੀ ਹੈ ਨਹੀਂ ਗੀ, ਇੱਕ ਧਾਰ ਵੀ ਨਹੀਂ ਹੁੰਦੀ ਉਹਦੇ ਵਿੱਚ, ਠੀਕ ਹੈ। ਹੁਣ ਇੱਕ ਧਾਰ ਵੀ ਨਹੀਂ ਜਮਾਂਦਰੂ ਤੇ ਲਈ ਇਹ, ਠੀਕ ਹੈ ਜੀ। ਗੱਲ ਜੇ ਤਾਂ ਹੁੰਦੀ ਹੈ ਚਾਰੇ ਥਣਾਂ ਚ ਵੱਛੀ, ਆਪਣੇ ਪਤਾ 45,000 ਦੀ ਵੱਛੀ, ਠੀਕ ਹੈ। ਆਪਾਂ ਜਿਹਨੇ ਦੁੱਧ ਚੋਣਾ ਇਹਦਾ ਘਰੇ ਜਾਂ ਦੁੱਧ ਪੀਣਾ ਜਾਂ ਦੁੱਧ ਪਾਉਣਾ, ਉਹਨੂੰ ਕੋਈ ਇਹਦੇ ਚ ਵੱਡਾ ਫਰਕ ਨਹੀਂ ਗਾ, ਇਹਦੇ ਚ ਰੇਟ ਦਾ ਬਹੁਤ ਫਰਕ ਹੈ ਨਾ। ਉਵੇਂ 45,000-46,000 ਦੀ ਵੱਛੀ ਸੀਗੀ, 48,000 ਦੀ, ਤੇ ਹੁਣ ਵੀਰੇ ਆਪਾਂ 32,000 ਦੀ ਵੱਛੀ ਦੇਵਾਂਗੇ। ਅੱਛਾ, 32,000 ਦੀ ਵੱਛੀ ਦੇਣਾਗੇ, ਤੇ ਜੇ 50 ਲਾ ਕੇ 55 ਲਾ ਕੇ ਦੁੱਧ ਉਹਨੇ 15 ਕਿਲੋ ਚਵਾਉਣਾ, ਤੇ ਦੁੱਧ ਨੇ ਵੈੜ ਨੇ 15 ਕਿਲੋ ਚਵਾ ਦੇਣਾ, ਤੇ ਬਾਕੀ ਤਾਂ ਮਗਰ ਵੱਛੀ ਆ। ਸਹੀ ਆ, ਹਾਂਜੀ, ਮੁੱਲ ਵੀ ਜਾਇਜ਼ ਆ, ਮੁੱਲ ਜਾਇਜ਼ ਆ। ਜਿਹਨੇ ਦੁੱਧ ਚੋਣਾ ਵਾ, ਮੰਨ ਲਾ ਸੂਆ ਟੋਕਣਾ ਦਾ ਭਾਵ ਆ, ਠੀਕ ਹੈ। ਰਾਮਦਾਰੀ ਨਾ ਪਾਉਣਾ, ਜਿੱਡੀ ਚਾਰੂਆ ਦੇਖ ਪਏ, ਤੂੜੀ ਤਾੜੀ ਵਾਲੇ ਪੱਠੇ ਜੋ ਪਾਦੇ ਉਹੀ ਖਾਈ ਜਾਂਦੀ ਹੈ। ਸਹੀ ਆ, ਹਾਂਜੀ। ਬਾਕੀ ਦੋਸਤੋ ਦੁੱਧ ਤੁਹਾਡੀ ਸੇਵਾ ਤੇ ਵੀ ਡਿਪੈਂਡ ਕਰਦਾ, ਜਿੰਨਾ ਪਾ ਲਓਗੇ ਹੋ ਸਕਦਾ 15 ਚੋਲੋ, 15 ਤੋਂ ਵੱਧ ਚੋਲੋ, ਜੇ ਨਹੀਂ ਪਾਓਗੇ ਤਾਂ ਉਸ ਹਿਸਾਬ ਨਾਲ 15 ਵੀ ਨਹੀਂ ਚੋ ਸਕਦੇ। ਬਾਕੀ ਨਾਲ ਵੱਛੀ ਵੀ ਮਿਲ ਜੂਗੀ ਇਸੇ ਮੁੱਲ 'ਚ, ਨਾਲੇ ਘਰੇ ਦੁੱਧ ਹੋ ਜੂਗਾ, ਦੋ ਜਾਨਵਰ ਹੋ ਜਾਣਗੇ, ਮੱਛੀ ਮਗਰੇ ਵੀ ਚੰਗੀ ਤਿਆਰ ਹੋ ਜੂਗੀ। 32,000 ਮੁੱਲ ਕਰਤਾ, ਤੇ ਅੱਜ ਦੀ ਵੀਡੀਓ ਵਿੱਚ ਬਈ ਇਹੀ ਨਗ ਆ ਕਿ ਹੋਰ ਨਗ ਵੀ ਆ? ਇੱਕੋ ਹੀ ਆ ਵੀਰੇ, ਇਹੀ ਆ, ਇੱਕੋ ਹੀ ਨਗ ਆ, ਠੀਕ ਆ। ਅੱਜ ਦੀ ਵੀਡੀਓ ਵਿੱਚ ਦੋਸਤੋ ਬਾਈ ਕੋਲ ਇੱਕੋ ਨਗ ਵਕਾਊ ਆ, ਜਿਹੜੇ ਵੀ ਨੂੰ ਜਾਨਵਰ ਪਸੰਦ ਆਵੇ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ, ਬਾਈ ਨੂੰ ਸੰਪਰਕ ਕਰ ਲਓ, ਵੀਡੀਓ ਨੂੰ ਲਾਈਕ ਕਰ ਦਿਓ, ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ। ਵੀਡੀਓ ਦੇਖਣ ਲਈ ਧੰਨਵਾਦ ਦੋਸਤੋ ਤੁਹਾਡਾ।